ਸਾਨੂੰ ਨਹੀਂ ਪਤਾ। ਇਸ ਕਰਕੇ ਆਦਮੀ ਦਾ ਸਾਡੀ ਸਮਝ ਨਹੀਂ ਆ ਰਹੀ ਗੱਲ। ਗੱਲ ਤਾਂ ਠੀਕ ਹੈ, ਬਾਅਦ ਪਤਾ ਲੱਗਦਾ ਵੀ ਠੀਕ ਹੈ ਸੀ। ਪਹਿਲਾਂ ਪਹਿਲਾਂ ਐਂ ਲੱਗਦਾ ਵੀ ਆਹ ਕੰਮ ਹੋ ਗਿਆ, ਇਹ ਬੜਾ ਹੋ ਗਿਆ, ਬਾਅਦ ਪਤਾ ਲੱਗਦਾ ਨਹੀਂ ਇਹ ਠੀਕ ਹੈ। ਪਿੱਛੋਂ ਤਾਂ ਪਤਾ ਲੱਗ ਜਾਂਦਾ ਵੀ ਠੀਕ ਹੈ ਸੀ, ਉਦੋਂ ਐਂ ਲੱਗਦਾ ਵੀ ਠੀਕ ਨਹੀਂ ਹੈਗਾ। ਇਹਦਾ ਮਤਲਬ ਭੇਜਦਾ ਹੀ ਨਹੀਂ ਸੀ, ਭੇਜ ਦੋਵੇ ਤਾਂ ਪਹਿਲਾਂ ਹੀ ਦੱਸ ਦੇਵੇ ਕੋਈ ਨਹੀਂ ਵੀ ਇਹ ਠੀਕ ਹੈ, ਇੱਦਾਂ ਹੀ ਹੋਣਾ ਚਾਹੀਦਾ ਸੀ। ਆਦਮੀ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਜੇ ਚਾਰ ਚਤਰ ਦਿਸ ਚੱਕਰ ਫਿਰਨ, ਜਿਹਦਾ ਚੱਕਰ ਚੱਕਰਕਾਲ ਹੁਕਮ ਦਾ, ਜਿਹਦਾ ਹੁਕਮ 14 ਲੋਕਾਂ 'ਚ ਫਿਰਦਾ ਹੈ, ਹੁਕਮ ਆਇਆ ਕਾਲ ਚੱਕਰ ਕੋਲ। ਉਹ ਕਾਲ ਚੱਕਰ ਕਹਿੰਦੇ ਨੇ, ਔਰ ਅਸੀਂ ਹੁਕਮ ਕਹਿੰਦੇ ਹਾਂ, ਹੁਕਮ ਕਹਿ ਦਿਓ ਚਾਹੇ ਕਾਲ ਚੱਕਰ ਕਹਿ ਦਿਓ, ਇੱਕੋ ਹੀ ਗੱਲ। ਹੁਣ ਇੱਥੇ ਵਿਦਵਾਨਾਂ ਨੂੰ ਨਹੀਂ ਪਤਾ, ਜਿਹਨਾਂ ਨੇ ਸਿਰਫ ਕੁਝ ਕਿਤਾਬਾਂ ਪੜ੍ਹੀਆਂ ਨੇ ਸਾਡੇ ਵਿਦਵਾਨਾਂ ਦੀਆਂ, ਯੂਨੀਵਰਸਿਟੀਆਂ ਦੀਆਂ ਲਿਖੀਆਂ ਹੋਈਆਂ, ਇਹ ਪੰਡਤ ਵਾਲੇ ਟੀਕੇ ਪੜ੍ਹੇ ਨੇ, ਪੰਡਤ ਵਾਲੇ ਉਹਨਾਂ ਨੇ ਕਾਲ ਚੱਕਰ ਪੜ੍ਹਿਆ। ਉਹ ਕਾਲ ਚੱਕਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਹੁਕਮ ਵੀ ਇਹੀ, ਉਸ ਨੇ ਲੜਾਈ ਜਾਂਦੇ ਨੇ ਵੀ ਹੁਕਮ ਕਾਲ ਲਈ ਹੁੰਦਾ। ਜੇ ਤਾਂ ਉਹ ਗੁਰਬਾਣੀ ਪੜ੍ਹਨ ਇਹਦੇ ਨਾਲ ਜੁੜਨ, ਫਿਰ ਤਾਂ ਉਹਨੂੰ ਸਮਝ ਆਵੇ ਵੀ ਕਾਲ ਚੱਕਰ ਹੁਕਮ ਹੁੰਦਾ। ਉਹ ਜਮਣ ਮਰਨਾ ਹੁਕਮ ਹੈ, ਕਾਲ ਚੱਕਰ ਇਹੀ ਔਰ ਕਾਲ ਨਹੀਂ। ਕਹਿਦਾ ਦਿੱਤਾ ਤੂੰ ਤਿੰਨਾਂ ਕਾਲਾਂ 'ਚ, ਪਹਿਲਾਂ ਤਿੰਨ ਕਾਲ, ਬਲਕਿ ਤਿੰਨਾਂ ਕਾਲਾਂ 'ਚ ਤਿੰਨੇ ਕਾਲ ਤੂੰ ਹੀ ਹੈ। ਤੇ ਕਹਿਆ ਨਹੀਂ ਪਹਿਲਾਂ ਵੀ ਤਿੰਨ ਕਾਲ ਜਿਹੜੇ ਨੇ ਬਣਾਏ ਹੋਏ, ਭੂਤ ਭਵਿੱਖ ਵਰਤਮਾਨ, ਇਹ ਤੂੰ ਹੀ ਹੈ, ਹੁਕਮ ਹੈ ਤਿੰਨੇ ਕਾਲ, ਹੋਰ ਕੁਛ ਨਹੀਂ ਹੈ, ਕਾਲ ਕੋਈ ਨਹੀਂ। ਤਿੰਨਾਂ ਕਾਲਾਂ 'ਚ ਸਭ ਦਾ ਕਾਲ ਤੂੰ ਹੀ ਹੈ, ਤੂੰ ਹੀ ਬਣਾਉਣਾ, ਤੂੰ ਹੀ ਮਾਰਦਾ, ਤੂੰ ਹੀ ਪਾਲਣਾ ਕਰਦਾ, ਇਹੀ ਕਾਲ ਨੇ, ਹੋਰ ਕਾਲ ਕੀ ਨੇ। ਉਹਦਾ ਲੰਘ ਗਿਆ ਸਮਾਂ, ਉਹ ਭੂਤਕਾਲ ਹੋ ਗਿਆ, ਆਉਣ ਵਾਲਾ ਭਵਿੱਖਤਾ, ਹੋਣ ਵਾਲਾ ਵਰਤਮਾਨ, ਸਮਾਂ ਤਾਂ ਇੱਕੋ ਹੀ ਹੈ। ਉਹ ਲੱਜ ਲੈ ਕੇ ਚੱਲਿਆ ਸੀ, ਖੂਹ 'ਚ ਫਰਾਤੀ, ਜਿੰਨੀ ਕੁ ਤਾਂ ਖੂਹ ਤੱਕ ਗਈ ਹੈ ਉਹਨੀ ਕੁ ਉਧਲ ਗਈ, ਬਾਕੀ ਜੋ ਪਈ ਹੈ ਉਵੇਂ ਸਾਰੀ ਥੋੜ੍ਹੀ ਉਧਲ ਗਈ, ਕੁਛ ਰੇੜੇ 'ਤੇ ਹੈ, ਕੁਛ ਗਾਹਾਂ ਚਲੀ ਗਈ ਥੱਲੇ ਖੂਹ 'ਚ। ਉਹ ਰੇੜੇ 'ਤੇ ਜਿਹੜੀ ਉਹ ਤਾਂ ਪ੍ਰੈਜੈਂਟ ਹੈ, ਜਿੱਦੀ ਰੇੜੇ 'ਤੇ ਹੱਥ 'ਚ ਹੈ ਆਪਣੇ, ਉਹ ਤਾਂ ਪ੍ਰੈਜੈਂਟ 'ਚ ਹੈ, ਜਿਹੜੀ ਖੂਹ 'ਚ ਨੂੰ ਚਲੀ ਗਈ ਉੱਥੇ ਭੂਤ ਬਣ ਗਈ, ਜਿਹੜੀ ਅਜੋ ਲੱਜ ਇਕੱਠੀ ਪਈ ਹੈ, ਬਹੁਤ ਲੰਬੀ ਹੈ, ਅਜੋ ਆਈ ਉਹ ਨਹੀਂ, ਉਹ ਭਵਿੱਖ ਹੈ, ਉਸ ਲੱਜ ਦੇ ਤਿੰਨ ਟੋਟੇ ਨੇ, ਲੱਜ ਤਾਂ ਇੱਕੋ ਹੀ ਹੈ। ਜੇ ਉਹੀ ਚੇਨ ਮੁੜ ਕੇ ਫੇਰ ਆ ਜਾਵੇ, ਚੇਨ ਵੀ ਤਾਂ ਹੁੰਦੀ ਆਪਣੇ ਕੋਲ, ਚੇਨਾਂ ਚੱਲਦੀਆਂ ਨੇ, ਉਹੀ ਮੁੜ ਕੇ ਫੇਰ ਆ ਜਾਂਦੀ ਹੈ, ਭਜਣੀ ਲੰਘੀ, ਕੁਛ ਹੱਥ 'ਚ ਹੈ, ਕੁਛ ਲੰਘੀ, ਕੁਛ ਉਜਾਉਣ ਵਾਲੀ ਹੈ, ਇੱਕੋ ਹੀ ਹੈ ਅਸਲ ਦੇ ਵਿੱਚ, ਕਦੇ ਤਿੰਨ ਸਾਨੂੰ ਲੱਗਦੇ ਨੇ। ਹੁਣ ਚੇਨ ਇੱਕੋ ਚੱਲਦੀ ਹੁੰਦੀ ਆਪਣੇ ਮੋਟਰਸਾਈਕਲਾਂ 'ਤੇ, ਯਾਰ ਹੋਰ ਉਹੀ ਘੁੰਮ ਘੁੰਮ ਆਈ ਜਾਂਦੀ ਹੈ, ਐਸਾ ਹੀ ਕਾਲ ਦਾ ਚੱਕਰ ਹੈ। ਚੱਕਰ ਤਾਂ ਹੀ ਲਿਖਿਆ, ਚੱਕਰ ਹੁੰਦਾ ਇੱਕ, ਉਹ ਚੱਕਰ ਇੱਕੋ ਹੁੰਦਾ ਕਾਲ ਦਾ, ਤਾਂ ਹੀ ਚੱਕਰ ਲਿਖਿਆ, ਉਹੀ ਚੱਕਰ ਫਿਰ ਮੁੜ ਕੇ ਆ ਜਾਂਦਾ। ਗੱਡੇ ਦਾ ਪਹੀਆ ਹੁੰਦਾ, ਆਪਣਾ ਕਾਰ ਦਾ ਚੱਕਰ ਟਾਇਰ ਹੁੰਦਾ, ਚੱਕਾ ਹੁੰਦਾ, ਉਹੀ ਘੁੰਮ ਘੁੰਮ ਆਈ ਜਾਂਦਾ, ਉਹਨਾਂ ਕੇ ਰਹਿੰਦਾ, ਕਰੋੜਾਂ ਮੀਲਾਂ ਦੀ ਸਫ਼ਰ ਕੱਟ ਦਿੰਦਾ, ਉਹਨਾਂ ਕੇ ਚੱਕਰੇ ਚੱਲੀ ਜਾਣਾ, ਫਸਲਾ ਤੈਅ ਹੋਈ ਜਾਂਦਾ, ਐ ਇਹ ਗੱਲ। ਹਾਂਜੀ, ਜੇ ਰਾਗ ਨਾ ਰੰਗ ਨਾ ਰੇਖ ਰੁਗਮ, ਜਿਹਦਾ ਕੋਈ ਨਾ ਰਾਗ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਰੁਗਮ, ਨਾ ਕੋਈ ਉਹਨੂੰ ਰੋਗ ਹੈ, ਰੋਗ ਵੀ ਨਹੀਂ ਕੋਈ, ਰੋਗ ਮਤਲਬ ਹੈ ਸਰੀਰਕ ਰੋਗ ਦੀ ਨਹੀਂ ਗੱਲ ਹੁੰਦੀ ਹੈ, ਨਾ ਰੰਗ ਸਰੀਰ ਦੇ ਦੀ ਗੱਲ, ਆਤਮਾ ਦੀ ਗੱਲ। ਆਤਮਾ ਜੇ ਕਿਸੇ ਹੋਰ ਰੰਗ ਦੇ ਵਿੱਚ ਨਹੀਂ ਤਾਂ ਰੋਗ ਦੇ ਵਿੱਚ ਵੀ ਨਹੀਂ ਹੈ, ਔਗਣ ਨਹੀਂ ਕੋਈ, ਔਗਣ ਬਦਲੂ ਰੰਗ ਬਦਲ ਜਾਣਾ, ਔਗਣ ਨਾਲ ਰੰਗ ਵੀ ਬਦਲ ਜਾਂਦਾ, ਜੇ ਔਗਣ ਹੋਊ ਤਾਂ ਰੰਗ ਬਦਲ ਜਾਣਾ। ਜੇ ਸੋਗ ਨਾ ਭੋਗ ਨਾ ਜੋਗ ਜੁਗਮ, ਸੋਗ ਨਹੀਂ ਭੋਗ ਨਹੀਂ ਕੋਈ, ਸੋਗ ਭੋਗਾਂ ਕਰਕੇ ਹੀ ਹੁੰਦਾ, ਨਾ ਕੋਈ ਜੋਗ ਹੈ, ਨਾ ਜੋਗ ਜੁਗਮ, ਨਾ ਕਿਸੇ ਨਾਲ ਜੋਗ ਵਾਸਤੇ ਜੋੜਨ ਦੀ ਲੋੜ ਹੈ ਉਹਨੂੰ, ਉਹਨਾਂ ਉਹਨੂੰ ਜਦ ਸੁੱਖ ਹੈ, ਜੁੜੀ ਦਾ ਹੁੰਦਾ ਕਿਸੇ ਦੇ ਸਹਾਰੇ ਆਸਰੇ ਵਾਸਤੇ,
ਉਹਨੂੰ ਜੁੜਨ ਦੀ ਲੋੜ ਨਹੀਂ ਕਿਸੇ ਨਾਲ। ਜਿਵੇਂ ਜੋਗੀ ਹੈ ਨਾ, ਜੋਗੀ ਕਹਿੰਦੇ ਨੇ ਅਸੀਂ ਨਾਥ ਹੈਗੇ ਅਸੀਂ ਜੋਗੀ, ਪਰ ਜੁੜਨਾ ਕਿਸੇ ਹੋਰ ਨਾਲ। ਤੁਸੀਂ ਕਾਹਦੇ ਜੋਗੀ ਹੋਏ ਫਿਰ ਜੁੜਨਾ? ਜੋਗੀ ਤਾਂ ਹੋਏ ਜੀ ਨਾ, ਤੁਸੀਂ ਜੁੜਨਾ? ਜੋਗੀ ਉਹਦਾ ਜੁੜਿਆ ਹੋਇਆ ਅਸਲ ਦੇ ਵਿੱਚ, ਜੁੜਨ ਵਾਲਾ ਜੋਗੀ ਨਹੀਂ ਹੈ। ਜਿਹਨੇ ਜੋ ਜੁੜਨਾ ਜੋਗੀ ਕਿੱਥੇ, ਉਹਦਾ ਵਿਯੋਗੀ ਹੈ। ਵਿਯੋਗੀ ਜੋਗੀ ਕਹੀ ਜਾਂਦੇ ਨੇ ਆਪਣੇ ਆਪ ਨੂੰ। ਉਹ ਜਿਹਨੇ ਜੁੜਨਾ ਜੁੜਨਾ ਕਿਉਂ ਹੈ, ਵਿਯੋਗੀ ਹੈ ਉਹ। ਕਹਿੰਦੇ ਨੇ ਅਸੀਂ ਜੋਗੀਆਂ ਹੈਗੇ ਵਿਯੋਗੀ, ਜਿਹੜਾ ਜੁੜਿਆ ਹੋਇਆ ਤਾਂ ਜੋਗੀ ਹੈ। ਉਹ ਜਗ ਜੋਗੀ ਤਾਂ ਆਪ ਹੈ, ਉਹ ਜਗ ਨਾਲ ਜਿਹੜਾ ਜੁੜਿਆ ਹੋਇਆ ਹੈ। ਕੇਸੋ ਜਗ ਜੋਗੀ ਹੈ ਕਹੀ ਕਬੀਰ, ਕੇਸੋ ਜਗ ਜੋਗੀ। ਕੇਸੋ ਹੈ ਜਗ ਜੋਗੀ, ਸਾਰੇ ਜਗ ਨਾਲ ਜਿਹੜਾ ਜੁੜਿਆ ਹੋਇਆ ਜੋਗੀ ਤਾਂ ਉਹ ਹੈ। ਜਿਹੜਾ ਜੁੜਿਆ ਹੀ ਨਹੀਂ ਹੋਇਆ ਉਹ ਤਾਂ ਵਿਯੋਗੀ ਹੈ ਜੇ। ਜੋਗੀ ਕਿੱਥੇ? ਉਹ ਵਿਯੋਗੀ ਜੋਗੀ ਰੋਜ਼ ਤਾਂ ਤੁਸੀਂ ਸਮਾਧੀ ਲਾਉਂਦੇ ਹੋ, ਕਾਹਦੇ ਵਾਸਤੇ? ਯੁੱਗ ਵਾਸਤੇ, ਜੁੜਨ ਵਾਸਤੇ। ਕਹਿੰਦੇ ਅਸੀਂ ਜੋਗੀ ਹਾਂ, ਉਹ ਵਿਯੋਗੀ ਹੈ, ਜੋਗੀ ਕਾਨੂੰਨ ਹੈ। ਜੇ ਜੋਗੀ ਹੋਵਾਂ ਸਮਾਧੀ ਲਾਉਣ ਦੀ ਕੀ ਲੋੜ ਹੈ? ਐਵੇਂ ਸੰਤ ਨੇ, ਜੇ ਤੁਹਾਨੂੰ ਸ਼ਾਂਤੀ ਵਾਲਾ ਕਿਹਦੀ ਫਿਰਦੇ ਹੋ ਫਿਰ? ਅਸ਼ਾਂਤ ਅਸ਼ਾਂਤ ਅਸੰਤ ਹੋ ਤੁਸੀਂ, ਅਜੋ ਸੰਤ ਨਹੀਂ ਹੋ। ਸੰਤ ਹੋਣ ਵਾਸਤੇ ਹੀ ਵਾਲਾ ਫਿਰਦੇ ਹੋ। ਕਹਿੰਦੇ ਅਸੀਂ ਸੰਤਾਂ ਹੈਗੇ ਨੇ ਅਸੰਤ, ਅਸ਼ਾਂਤੀ ਆ ਤੁਹਾਡੇ ਅੰਦਰ ਤਾਂ ਮਾਲਾ ਫਿਰਦੇ ਹੋ। ਜਦੋਂ ਸ਼ਾਂਤੀ ਆ ਗਈ ਮਾਲਾ ਪਰੇ ਮਾਰੋਗੇ ਭਗਾ ਕੇ, ਮਾਲਾ ਤਾਂ ਫਿਰ ਕੀ ਲੈਣਾ? ਪੌੜੀ ਚੜੀ ਜਾਂਦੇ ਹੋ, ਕਹਿੰਦੇ ਅਸੀਂ ਸਿਖਰ ਖੜੇ ਹਾਂ। ਖੜੇ ਪੌੜੀ ਦੇ ਖੜੇ ਨੇ, ਪੌੜੀ ਦੇ ਖੜੇ ਡੰਡੇ ਤਾਂ ਚੜ੍ਹਦਾ ਆ, ਉਹ ਥੱਲੇ ਉਤਰਦਾ ਹੈ। ਫਿਰ ਪੌੜੀ ਦੇ ਕੀ ਕਰਾਉਣਾ ਜੇ ਸਿਰੇ ਪਹੁੰਚੋ ਤੁਸੀਂ? ਮਾਲਾ ਤਾਂ ਤੁਹਾਡੀ ਪੌੜੀ ਆ ਜੇ। ਉਹ ਚੇਨ ਚੱਲਦੀ ਹੈ, ਉਹ ਨਜ਼ਰ ਚੱਲਦੀ ਹੈ, ਚੱਕਾ ਘੁੰਮਦਾ ਜੇ ਨਜ਼ਰ ਮੰਜ਼ਲ ਨਹੀਂ ਆਈ। ਜੇ ਮੰਜ਼ਲ ਆ ਗਈ, ਚੱਕਾ ਕਾਹਦੇ ਘੁੰਮਦਾ, ਮਾਲਾ ਕਾਹਦੇ ਘੁੰਮਦੀ ਹੈ ਤੁਹਾਡੀ? ਉਹ ਜੇ ਸਿਰੇ ਪਹੁੰਚ ਗਏ ਮਾਲਾ ਤਾਂ ਛੱਡ ਦਿਓ, ਫਿਰ ਗੱਡੀ ਫਿਰ ਵੀ ਚੱਲੀ ਜਾਂਦੀ ਹੈ, ਚੱਕਾ ਫਿਰ ਵੀ ਚੱਲਦਾ, ਸਿਰੇ ਪਹੁੰਚ ਵੀ ਗਏ। ਜਾਂ ਤਾਂ ਆਪ ਮੂਰਖ ਨੇ ਇਹ, ਲੋਕ ਤਾਂ ਵਿਚਾਰਿਆਂ ਦਾ ਕੋਈ ਰੌਲਾ ਹੀ ਨਹੀਂ, ਉਹ ਤਾਂ ਮੂਰਖ ਹੈਗੇ ਹੀ ਨੇ ਜਿਹੜੇ ਸ਼ਰਧਾ ਰੱਖਦੇ ਨੇ ਨਾ, ਤੇ ਉਹਨਾਂ ਤਾਂ ਸਮਝ ਨਹੀਂ। ਪਰ ਇਹਨੂੰ ਪੁੱਛੋ ਤੁਸੀਂ ਮੂਰਖ ਹੋ, ਕੋਈ ਸਿਆਣਾ ਬੰਦਾ ਦੇਖ ਲੂ, ਜਾਂ ਫਿਰ ਗੱਡੀ ਚੈੱਕ ਲਾ ਕੇ ਤੁਸੀਂ ਟਾਇਰ ਘੁਮਾਏ ਹੋਏ ਨੇ, ਗੱਡੀ ਦੇ ਚੈੱਕ ਲੱਗਿਆ ਹੋਇਆ, ਇੰਜਣ ਚੱਲਦਾ, ਟਾਇਰ ਵੀ ਪਿਛਲੇ ਚੱਲਦੇ ਨੇ, ਕਿਉਂ ਵੀ ਉਹ ਕਾਹਦੇ ਚਲਾਇਆ? ਮੰਜ਼ਲ 'ਤੇ ਤਾਂ ਬੈਠੇ ਹੋ, ਬੈਠੇ ਉੱਥੇ ਨੇ, ਇਹ ਤਾਂ ਉਹ ਗੱਲ ਆ ਵੀ ਜੈਕ ਲਾਤਾ ਟਾਇਰ ਚੱਲੀ ਜਾਂਦਾ, ਜਾਣਾ ਜੁਣਾ ਇਹਨਾਂ ਨੇ ਕਿਤੇ ਨਹੀਂ, ਮਾਲਾ ਚੱਲਦੀ ਹੈ ਜੈਕ ਲਾ ਕੇ ਟਾਇਰ ਚੱਲਦਾ, ਉੱਥੇ ਬੈਠਾ ਨਹੀਂ, ਨਾ ਗਾਹਾਂ ਗਏ ਨੇ ਨਾ ਪਿਛਾਂ, ਮਾਲਾ ਤਾਂ ਐਂ ਚੱਲਦੀ ਹੈ ਜਿਵੇਂ ਜੈਕ ਲਾ ਦਿਓ ਪਹਿਲੇ ਪਹੀਆਂ ਨੂੰ, ਅਤੇ ਇੰਜਣ ਸਟਾਰਟ ਹੋਵੇ ਪਹੀਏ ਵੀ ਚੱਲੀ ਜਾਣ, ਗੱਡੀ ਵੀ ਉੱਥੇ ਰਹੇ। ਜਾਂ ਫਿਰ ਇਹੋ ਜਿਹੀ ਗੱਲ ਹੈ ਇਹਨਾਂ ਦੀ, ਉਹ ਜਿਵੇਂ ਉਲੀਆਂ ਦੀ ਕਹਾਣੀ ਸੁਣਾਉਂਦੇ ਨੇ, ਹੋਟਲ 'ਤੇ ਜੈਕ ਲਾਇਆ ਸੀ ਟਾਇਰ ਬਦਲਣ ਨੂੰ, ਗੱਡੀ ਸਟਾਰਟ ਕਰਦੀ, ਜੈਕ ਲਾਇਆ ਨਹੀਂ, ਸਟੇਅਰ ਉੱਤੇ ਬਹਿ ਕੇ ਸਟਾਰਟ ਕਰਕੇ ਸੌਂ ਗਿਆ। ਸਾਈ ਰਾਤ ਗੱਡੀ ਚਲੀ, ਕਹਿੰਦਾ ਕਿੱਥੇ ਆ? ਕਹਿੰਦਾ ਹੋਟਲ ਤਾਂ ਉਹੀ ਆ ਜੇ। ਮਜ਼ਾਕ ਨਹੀਂ ਕਰਦੇ ਪੋਸਤੀਆਂ ਨੂੰ, ਫਿਰ ਉਹ ਜੇ ਨੇ ਸੰਤ ਹੈ, ਫਿਰ ਤਾਂ ਹੈ ਉੱਥੇ ਦੇ ਉੱਥੇ ਹੀ। ਬਾਲਾ ਵੀ ਫਿਰੀ ਜਾਂਦੇ ਨੇ, ਗੱਡੀ ਵੀ ਚੱਲੀ ਜਾਂਦੀ ਹੈ, ਟਾਇਰ ਵੀ ਘੁੰਮੀ ਜਾਂਦੇ ਨੇ, ਪਰ ਖੜੇ ਉੱਥੇ ਹੀ ਨੇ। ਜੇ ਉੱਥੇ ਨਾ ਹੁੰਦੇ ਕੋਈ ਦੱਸਦੇ, ਸੰਸਾਰ ਨੂੰ ਕੋਈ ਦੱਸਦੇ ਗੱਲਾਂ ਨਵੀਆਂ, ਜੇ ਕਿਤੇ ਪਹੁੰਚਦੇ ਕਿਸੇ ਹੋਰ ਦੇਸ਼ ਦੀ ਗੱਲ ਦੱਸਦੇ। ਫਿਰ ਇਹਨਾਂ ਨੇ ਖੱਟਿਆ ਕੀ? ਆਪਣੀ ਸਾਰੀ ਜ਼ਿੰਦਗੀ 'ਚ ਜਿਹੜਾ ਕੁਝ ਦੇਖਿਆ ਕਮਾਇਆ, ਉਹ ਦੱਸਣ ਕੀ ਦੇਖਿਆ, ਕੀ ਕੀਤਾ? ਜੋ ਕਹਿ ਰਹੇ ਨੇ ਉਹ ਪੁਰਾਣੀਆਂ ਗੱਲਾਂ ਨੇ, ਸਾਰੀਆਂ ਕਿਤਾਬੀ ਲਿਖਤਾਂ ਜਿਹੜੀਆਂ ਕਹਿ ਰਹੇ ਨੇ, ਇਹ ਦੱਸਣਾ ਅਸੀਂ ਨਵਾਂ ਕੀ ਦੇਖਿਆ ਉਹ ਦਿਖਾਉਣ। ਗੁਰਬਾਣੀ 'ਚੋਂ ਨਵਾਂ ਕੀ ਅਸੀਂ ਖੱਟਿਆ ਸਮਝਿਆ ਉਹੀ ਦੱਸ ਦੇਣਾ।